ये है जी 2.5 एकड़। डिमांड क्या? डिमांड 12 लाख की थी, 2.5। हाँ ये छोड़ेंगे 10 लाख में। 10 लाख मतलब नेगोशिएट करके 10 लाख में छोड़ेंगे। हाँ जी। वो 80 पेड़ लगे हुआ? 80 पेड़ चील दे, टोटल 16x4 20 कनाला। हाँ जी। और जिहड़ा एकड़ दा साइज हैगा ओह 3680 गज दा। अच्छा 3680 गज दा जिहड़ा आ एकड़ दा साइज, छोटा एकड़ मतलब है ना? छोटा एकड़। दो दो ही पमैश, दो पमैश हुंदियां, एक 4840 स्टैंडर्ड एकड़, ओनु स्टैंडर्ड कहंदे आ। ते जिहड़ी इह हैगी आ इह 3680 गज दी। अच्छा जी। ओह जिहड़ी इह लैंड हैगी आ? हां जी। ते इहदे विच कोई चील दे पेड़, सफेदा? अच्छा जी। और नेचुरल प्लांट और काफी है। हां हर्ब्स वगैरह भी कह सकदे हैं? हां हर्ब्स भी कह सकदे हैं। सारा कड़ी पत्ता है ओ ता जेनू, चलो कड़ी पत्ता, बाकी जे अगर दूजे नॉलेज होएगी बंदे नु तादी उनु पता लगेगा भाई केड़ी है। हां जी नॉलेज होएगी बारे, नॉलेज जानदा होएगा जेड़ी चीज बारे। हां जी ओही नु। हां जी आपां कहंदे हैं ना कि जोरी नु पहचान हुंदी है। जी 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 बस सेम है कि जेड़ा बंदे नु प्लांट दी नॉलेज ओही जेड़ी बुक। हां जी हां जी ਨੋਲੇ ਜੇ ਗੇਨ ਜਿਹਨੂੰ ਹੈਗੀ ਉਹੀ ਦੱਸ ਸਕਦਾ। ਹਾਂਜੀ। ਤੇ ਟੋਟਲ ਵੈਸੇ ਜਿਹੜਾ ਰਕਵਾ ਹੈਗਾ ਇਹ ਹੈਗਾ 26 ਕਨਾਲ ਦਾ। 26 ਕਨਾਲ ਦਾ? ਹਾਂ ਇੱਕ ਓਨਰ ਕੋ 20 ਕਨਾਲ ਆ। ਹਾਂਜੀ ਹਾਂਜੀ ਉਹ 20 ਕਨਾਲ ਸੇਲ ਕਰ ਰਿਹਾ। ਅੱਛਾ ਜੀ। ਔਰ 20 ਕਨਾਲ ਸੇਲ ਕਰ ਰਿਹਾ ਹੈਗਾ, 12 ਦੀ ਡਿਮਾਂਡ ਹੈ, 10 ਲੱਖ ਰੁਪਏ ਲਾਸਟ ਛੱਡੂਗਾ। 26 ਕਨਾਲ ਹੋ ਗਈ, 8 ਦੂਣੀ 16 ਤੇ 2.5 ਕਿੱਲੇ ਹੋ ਗਈ। ਠੀਕ ਆ, ਮਤਲਬ 8 ਕਨਾਲ ਦਾ ਹੁੰਦਾ ਨਾ 1 ਏਕੜ। ਤੇ ਤੁਸੀਂ ਡਿਟੇਲ ਕੀਤੀ ਹੋਆ ਉਹਦੇ ਚ ਵੀ ਕਨਾਲਾਂ ਤਾਂ ਦੋਨਾਂ ਏਕੜਾਂ ਚ ਬਰਾਬਰ ਹੀ ਹੁੰਦੀਆਂ, ਵੇਰੀਏਸ਼ਨ ਸਟੈਂਡਰਡ ਸਿਰਫ ਕਰਮ ਦਾ ਫਰਕ ਹੁੰਦਾ। ਕਰਮ ਦਾ ਇੱਕ ਹੁੰਦੀ 207 ਦੀ, ਇੱਕ 272 ਦੀ। ਠੀਕ ਹੈ ਨਾ? ਕਾਫੀ ਸਟੱਡੀ ਕੀਤੇ ਤੁਹਾਡੇ ਵੀਡੀਓ ਮੈਂ, ਬਹੁਤ ਧੰਨਵਾਦ। ਬਾਰ 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 ਤੇ ਹੁਣ ਉਹ ਚੀਜ਼ ਲੈ ਕੇ ਆਈ ਆ, ਉਹੀ ਤਾਂ ਚੀਜ਼ ਲੈ ਕੇ ਆਈ ਆ। ਅੱਛਾ ਜੀ। ਬਈ ਬਾਰ ਬਾਰ ਦੇਖਣ ਦੇ ਨਾਲ ਬੰਦਾ ਤਾਜ਼ੀ ਤੇ ਬਣਦਾ ਨਾ, ਮਾਇੰਡ ਉਹਦਾ ਤਿਆਰ ਹੁੰਦਾ ਆ ਵੀ ਫਾਈਨਲੀ ਕਦ ਕਿੰਨੇ ਵੀਡੀਓ ਦੇਖਦਾ ਰਹੇਗਾ, ਜਾ ਦੇਖ ਕੇ ਆ ਪਹਿਲਾਂ ਲੈਣ, ਇਸ ਤਰ੍ਹਾਂ ਹੁੰਦਾ। ਅਤੇ ਹੁਣ ਮੈਂ ਆਇਆ, ਜਿਹੜੀ ਵੀਡੀਓ 'ਚ ਦਿਖਾਇਆ ਉਹ ਸੇਮ ਉਹੀ ਚੀਜ਼ ਹੈ। ਅੱਛਾ ਜੀ ਠੀਕ ਆ। ਅਤੇ ਪਿੱਛੇ ਬਾਉਂਡਰੀ ਕਿੱਥੇ ਪੈਂਦੀ ਹੈ ਉੱਥੇ? ਉੱਚੀ ਪਹਾੜੀ ਜਿਹੜੀ ਆ, ਕਿਹੜੀ ਉੱਚੀ ਪਹਾੜੀ? ਇੱਥੋਂ ਉੱਚੀ ਪਹਾੜੀ ਟਿੱਬੀ ਨਹੀਂ ਆ, ਟਿੱਬਾ ਦਿਖਦਾ ਪਿਆ? ਹਾਂ ਨਹੀਂ ਦਿਖਦਾ ਤਾਂ ਨਹੀਂ, ਖੈਰ ਉਹ ਜਿਹੜਾ ਉੱਪਰ ਜੋ ਵੀ ਆ ਵੈਜੀਟੇਬਲ ਪੇੜ, ਹਾਂ ਉਹਦੇ ਨਾਲ ਨਾਲ ਘੁੰਮ ਜਾਣਾ ਇਹ। ਅੱਛਾ ਉਹਦੇ ਨਾਲ ਨਾਲ ਫਿਰ ਥੱਲੇ ਆ ਜਾਣਾ ਉਸ ਪਾਸੇ ਨੂੰ ਨਿਕਲ ਆਉਣਾ, ਰੇਤ ਵਾਲਾ ਜਿਹੜਾ ਰੋਡ ਆ, ਹੈ ਨਾ? ਠੀਕ ਆ ਠੀਕ ਆ। ਅਤੇ ਇਹ ਰੋਡ ਜਿਹੜਾ ਹੈ ਨਾ, ਇਹ ਦਿੱਕਤ ਬਰਸਾਤਾਂ 'ਚ ਤਾਂ ਦਿੰਦਾ ਹੀ ਹੋਊਗਾ ਕਿਉਂਕਿ ਪਾਣੀ ਹੋ ਜ਼ਿਆਦਾ ਔਰ ਹੁੰਦਾ ਹੋਣਾ। ਹਾਂ ਜਦੋਂ ਜ਼ਿਆਦਾ ਮੀਂਹ ਪੈਂਦਾ, ਹਾਂਜੀ ਸਾਨੂੰ ਥੋੜੀ ਵੇਟ ਕਰਨੀ ਪੈਂਦੀ ਹੈ। ਹਾਂ 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 ਔਰ ਵੈਸੇ ਆ ਪਲੇਨ ਆ, ਇੰਨਾ ਪਲੇਨ ਆ ਇਹਦਾ, ਇਹ ਵੀ ਪਲੇਨ ਹੈ ਜਿਹੜਾ ਅਸੀਂ ਉੱਪਰ ਦੇਖਿਆ, ਉਹ ਵੀ ਪਲੇਨ ਹੈ। ਅੱਛਾ ਉਹ ਫਰੰਟ ਕਿੱਥੋਂ ਪਿੱਛੇ ਸ਼ੁਰੂ ਹੁੰਦਾ? ਉਹ ਪਿੱਛੇ ਜਿੱਥੇ ਜਗ੍ਹਾ ਨਾ, ਹਾਂਜੀ ਉਹਦੇ ਨਾਲ ਨਾਲ ਸ਼ੁਰੂ ਹੋ ਗਿਆ। ਅੱਛਾ ਅੱਛਾ ਛੋਟੇ ਜਿਹੜੇ ਸਫੇਦੇ ਆ ਪਤਲੇ ਵਾਲੇ, ਹਾਂ ਦਿਖਦੇ ਆ ਉੱਥੋਂ ਸ਼ੁਰੂ ਹੋ ਜਾਂਦਾ ਦੇਖੋ। ਅੱਛਾ ਉੱਥੋਂ ਸ਼ੁਰੂ ਹੋ ਗਿਆ? ਹਾਂਜੀ ਓਕੇ ਓਕੇ ਓਕੇ। ਉਹ ਲਾਈਨ 'ਚ 3-4 ਜਿਹੜੇ ਲਾਈਨ ਜਾਈ, ਬਾਕੀ ਜਦੋਂ ਮੇਜਰਮੈਂਟ ਹੋਏਗੀ ਥੋੜ੍ਹਾ ਅੱਗੇ ਪਿੱਛੇ ਥੋੜ੍ਹਾ ਬਹੁਤਾ ਹੋ ਸਕਦਾ। ਠੀਕ ਹੈ ਠੀਕ ਹੈ ਠੀਕ, ਰਾਈਟ ਰਾਈਟ। ਚਲੋ ਜੀ ਇਹ ਤਾਂ ਹੋ ਗਿਆ 2.5 ਏਕੜ, ਹੈ ਨਾ? ਡਿਮਾਂਡ ਹੈਗੀ ਇਹਦੀ ਜਿਹੜੀ 12 ਅਤੇ 10 ਦੇ ਵਿੱਚ ਛੁੱਟ ਜਾਏਗਾ। ਠੀਕ ਹੈ। ਅਤੇ ਗੱਲ ਹੋਈ ਹੈ ਤੁਹਾਡੀ ਵੀ ਨੈਗੋਸ਼ੀਏਟ ਕਰੇਗਾ, ਹੈ ਨਾ? ਚਲੋ ਇਹ ਗੱਲ ਹੈ। ਅਤੇ ਪਟਿਆਲ ਹੋਈ ਜਗ੍ਹਾ? ਕੋਟ ਪੈਂਦਾ ਹੈ। ਅੱਛਾ ਜੀ ਪਟਿਆਲ ਔਰ ਕੋਟ ਦੀ ਬਾਉਂਡਰੀ ਹੈ ਇਹ, ਇਹ ਕੋਟ ਵਿੱਚ ਪੈਂਦੀ ਆ। ਚਲੋ ਇਹ ਕੋਟ ਵਿੱਚ ਪੈਂਦੀ ਆ ਜੀ ਜ਼ਮੀਨ। ਅਤੇ ਪਟਿਆਲ ਦੀ ਜ਼ਮੀਨ ਆਪਾਂ ਦੇਖਣ ਜਾਣੀ ਆ ਹਜੇ, ਪਿੱਛੇ ਆਪਾਂ ਹੋਰ ਦੇਖੇ ਆ ਪਲਾਟ। ਅਤੇ ਫੋਰ ਯੋਰ ਇਨਫੋਰਮੇਸ਼ਨ ਆਮ ਗੋਇੰਗ ਸਵਿਚ ਓਵਰ ਟੂ ਹਿੰਦੀ। ਕਾਫੀ ਪਿੱਛੇ ਲੈਂਡਸ ਦੇਖ ਕੇ ਆਏ, ਪੀਸਿਸ ਕਾਫੀ ਬੜੇ ਬੜੇ ਲੈਂਡ ਪੀਸਿਸ ਆਫ ਲੈਂਡ ਹੈ, ਔਰ ਉਤਨੇ ਬੜੇ ਕਾ ਮੇਰਾ ਕੋਈ ਪਲਾਨ ਹੈ ਨਹੀਂ, ਬਟ ਜੈਸੇ ਹੀ ਸਮਝ ਮੈਂ ਆਤੀ ਹੈ ਤੋ ਮੈਂ ਅਗਲਾ ਗੇਅਰ ਡਾਲ ਦੂੰਗਾ, ਇਹ ਬਾਤ ਪੱਕੀ ਹੈ। ਔਰ ਉਹ ਤਾਂ ਨਾ ਜੈਸੇ ਕਲਿੱਕ ਕਰ ਗਈ ਕਿ ਹਾਂ ਇਹ ਵਰਕ ਕਰ ਜਾਏਗੀ, ਬਸ ਉਹੀ ਚੀਜ਼ ਮੈਂ ਦੇਖ ਰਹਾ ਹੂੰ। ਔਰ ਆਜ ਸ਼ਰਮਾ ਜੀ ਪੂਰਾ, ਹਾਂ ਤੋ ਇਹ ਜਾ ਰਹੇ ਹੈ ਰਜਾਈਓ ਕਾ ਕੰਮ ਕਰਤੇ ਹੋਏ, ਕੰਬਲ ਕੁਛ ਲੈ ਕੇ ਜਾ ਰਹੇ ਬਾਹਰ, ਇਹ ਇਸ ਤਰ੍ਹਾਂ ਕੇ ਛੋਟੇ
काम जो क्या स्मॉल स्केल या कॉटेज इंडस्ट्री वाले जो हैं काम, विलेज इंडस्ट्री वाले यहाँ पर होते हैं सराउंडिंग में, रूरल एरियाज़ में। एंड मिलते हैं, ये तो एक छोटा सा वीडियो मैंने बनाया है और बाकी दूसरे वीडियो में मिलते हैं। ये एरिया सारा सैंडी है, डस्टी है, फुली सैंडी, और एक काफ़ी रेतीला है। शर्मा जी, रेतीला कितना आप कवर करके आए, रेत तो कितनी चलाई अपन गड्डी? नियर अबाउट 1 किलोमीटर के आसपास अभी तक। तो लेट अस से 2 हैं, तो करीब 1 किलोमीटर प्लस असी चलाई है रेत ते गड्डी। तो जदों बरसात आती होगी तो रेत थोड़ा जहा क्योंकि हजे भी पानी खड़ा है। ये चोई का पानी सीगा, बरसाती पानी है? नहीं, ये बरसाती पानी, बरसाती तो नहीं ना, बरसाती नहीं होने, पहाड़ से सिमद आया। अच्छा जी नेचुरल वाटर है। अच्छा जी हाँ जी, ओके इन सेम दा पानी कह सकते हैं। ठीक है, के दा पानी सेम जो धरती चो निकलता है, सिम करता जरा, सिम करता। अच्छा लीक मतलब हौली 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 बाहर निकलता रहता है ना। अच्छा जी, तो ये है जी, तो इस वीडियो को मैं कंक्लूड कर रहा हूँ। And I thank you all to watch this video, and if you like it, please share it, like it, or if you want to subscribe to my channel, please do it. So nice of you. Thanks a lot. Thank you.